नमस्कार सत श्री अकाल वेलकम टू राहत इंस्टीट्यूट ऑनलाइन प्लेटफॉर्म ता आज ਤੁਹਾਡੇ ਲਈ ਇੱਕ ਬੜੀ ਧਮਾਕੇਦਾਰ ਜੀ ਟ੍ਰਿਕ ਲੈ ਕੇ ਆ ਰਹੇ ਆਂ ਤਾਂ ਧਿਆਨ ਨਾਲ ਦੇਖਿਓ ਟ੍ਰਿਕ ਕੀ ਹੈ ਟ੍ਰਿਕ ਹੈ ਜੀ ਆਈਸੋ ਟ੍ਰिपल ਡਿਜੀਟਸ ਦੀ ਸਰਾ ਆਈਸੋ ਟ੍ਰिपल ਡਿਜੀਟਸ ਕਿਹੜੇ ਹੁੰਦੇ ਆ ਆਈਸੋ ਦਾ ਮਤਲਬ ਹੁੰਦਾ ਹੈ ਸੇਮ ਤਾਂ ਆਈਸੋ ਟ੍ਰिपल ਮਤਲਬ ਵੀ ਤਿੰਨ ਸੇਮ ਸੇਮ ਡਿਜੀਟਸ ਹੋਣ ਜਿਵੇਂ 111 ਲਗਾਤਾਰ ਹੋਵੇ 111 222 333 ਇਹੋ ਜਿਹੇ ਡਿਜੀਟਸ ਹੋਣੇ ਸਾਰੇ ਦੇ ਸਾਰੇ 37 ਦੇ ਮਲਟੀਪਲ ਹੁੰਦੇ ਆ ਬੱਚੇ ਕਹਿੰਨਗੇ ਅੱਛਾ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਆਪਾਂ ਦੇਖਦੇ ਹਾਂ b1 37 32 37 ਐਦਾਂ ਸਾਰੇ ਇਹ ਆਪਾਂ ਨੂੰ ਡਿਵਾਈਡ ਕਰਨੇ ਬੜੇ ਔਖੇ ਲੱਗਦੇ ਹਨਾ ਹਾਂ ਪਰ ਜੇ ਤੁਸੀਂ ਰਾਹਤ ਦੇ ਸਟੂਡੈਂਟ ਹੈਗੇ ਹੋ ਤਾਂ ਫਿਰ ਤੁਹਾਨੂੰ ਔਖੇ ਨਹੀਂ ਲੱਗਣਗੇ ਇਹ ਮੈਂ ਗਾਰੰਟੀ ਲੈਂਦਾ ਕਿਦਾਂ ਤੁਸੀਂ ਇਹ ਟ੍ਰਿਕ ਦੇਖੋ ਸਰ ਸਾਨੂੰ 37 ਦਾ ਟੇਬਲ ਤਾਂ ਨਹੀਂ ਆਂਦਾ ਪਰ ਸਾਨੂੰ 3 ਦਾ ਟੇਬਲ ਤਾਂ ਆਂਦਾ ਨਾ ਟੇਬਲ ਆਫ 3 ਤਾਂ 31 ਨੂੰ ਆਪਾਂ 111 ਨਾਲ ਡਿਵਾਈਡ ਕਰਨਾ ਹੈ ਨਾ ਤੇ 1 ਹੈਗਾ ਜੀ ਤਾਂ 3 ਨੂੰ 1 ਨਾਲ ਮਲਟੀਪਲਾਈ ਕਰ ਦੋ 3 3 2 6 3 3 9 4 ਮੇਰ ਨਾਲ ਬੋਲੋ ਸਾਰੇ 12 15 18 21 24 27 ਤਾਂ ਯਾਰ ਇਹੀ ਤਾਂ ਆਨਸਰ ਹੈ ਇਹੀ ਤਾਂ ਆਨਸਰ ਹੈ ਵੀ ਆਪਾਂ ਨੂੰ ਮਤਲਬ ਕਹਿੰਦੇ ਆ ਵੀ ਫਿਊ ਸਕਿੰਡਸ ਵੀ ਨਹੀਂ ਲੱਗੇ ਜਦ ਬੱਚਿਆਂ ਨੇ ਤਾਂ ਕਿੰਨਾ ਟਾਈਮ ਲੱਗ ਜਾਂਦਾ ਸਭ ਨੂੰ ਵੀ ਹਾਂ ਵੀ ਪ੍ਰਾਈਮ ਨੰਬਰ ਇੱਕ ਤਾਂ 37 ਹੈਗਾ ਉ ਤੋਂ ਡਿਵਾਈਡ ਕਰਨਾ ਮੁਸ਼ਕਿਲ ਤਾਂ ਇੰਨਾ ਕੁ ਟਾਈਮ ਹੀ ਲੱਗਦਾ ਕੁਐਸਚਨ ਦੇਖਦੇ ਆਂ ਐਗਜ਼ਾਮ 'ਚ ਕਿਵੇਂ ਆਏਗਾ ਐਗਜ਼ਾਮ ਦੇ ਵਿੱਚ ਕੁਐਸਚਨ ਇਦਾਂ ਆਏਗਾ ਵੀ 333 ਇਜ਼ ਡਿਵੀਜ਼ੀਬਲ ਬਾਈ ਆਪਾਂ ਕਹਿੰਦੇ ਆ ਵੀ ਇਹ ਤਾਂ ਐਗਜ਼ਾਮੀਨਰ ਤੋਂ ਗਲਤੀ ਹੋ ਗਈ ਬੜੇ ਸੋਕੇ ਕੁਐਸਚਨ ਪਾਦੇ ਉਹਨੇ ਬੀ ਇਹ ਤਾਂ 33 ਦਾ 3 ਨਾਲ ਡਿਵਾਈਡ ਹੈ ਗਿਆ ਆਪਾਂ ਇਹ ਆਨਸਰ ਲਾ ਜਾਵਾਂਗੇ ਪਰ ਆਪਣਾ ਗਲਤ ਹੋ ਜਾਣਾ ਕਿਉਂ ਕਿ ਇਹ 37 ਨਾਲ ਵੀ ਡਿਵੀਜ਼ੀਬਲ ਹੈ ਗਿਆ ਆਪਾਂ ਅੱਜ ਦੇਖ ਲਿਆ 37 ਨਾਲ ਕਿੰਨੇ ਤੇ ਡਿਵੀਜ਼ੀਬਲ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਨੀਚੇ ਵੀਡੀਓ ਦੇ ਨੀਚੇ ਕਮੈਂਟ ਕਰਿਓ ਮੈਂ ਚੈੱਕ ਕਰਾਂਗਾ ਠੀਕ ਹੈ ਤਾਂ ਆਨਸਰ 3 ਵੀ ਹੈ ਤੇ 37 ਵੀ ਹੈ ਤਾਂ ਬੋਥ ਐਂਡ ਸੀ ਹੈ ਗਿਆ ਇਹਦਾ ਆਨਸਰ ਮਜ਼ਾ ਆਇਆ ਤਾਂ ਇਹੋ ਜਿਹੇ ਬਹੁਤ ਸਾਰੀਆਂ ਟ੍ਰਿਕਸ ਹੈਗੀਆਂ ਬਹੁਤ ਸਾਰੀਆਂ ਅਜੋ ਜੀਆਂ ਮਜ਼ੇਦਾਰ ਟ੍ਰਿਕਸ ਹੋਰ ਦੇਖਣ ਲਈ ਤੁਸੀਂ ਹੇਠੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਸਾਡੇ ਜਿਹੜੇ ਬੈਚਸ ਹੈਗੇ ਆ ਪੰਜਾਬ ਗਵਰਨਮੈਂਟ ਦੇ ਕੁਝ ਚੱਲ ਵੀ ਰਹੇ ਆ ਤੇ ਕੁਝ ਨਵੇਂ ਵੀ ਸਟਾਰਟ ਹੋਣੇ ਤਾਂ ਬਹੁਤ ਜੀਆਂ ਟ੍ਰਿਕਸ ਹੈਗੀਆਂ ਉਹਨਾਂ ਨੂੰ ਸਿੱਖਣ ਵਾਸਤੇ ਇਹ ਨੰਬਰਸ ਤੇ ਕਾਲ ਕਰੋ ਤੇ ਆਦੀ ਸੀਟ ਹੁਣੇ ਰਿਜ਼ਰਵ ਕਰੋ ਥੈਂਕ ਯੂ